ਤਨਖਾਹ ਖਾਲੀ ਆ, ਤਨਖਾਹਾਂ ਨਹੀਂ ਮਿਲ ਰਹੀਆਂ, ਹਾਕਾਰ ਬੱਚੀ ਹੋਈ ਆ। ਤੇ ਕੈਪਟਨ ਅਮਰਿੰਦਰ ਸਿੰਘ ਮੌਜ ਮਸਤੀਆਂ ਵਾਸਤੇ ਇੰਗਲੈਂਡ ਬੋਲਦੇ ਆ ਨਾ, ਉਹ ਸਹੀ ਬੋਲਦੇ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਸੰਧੀ ਹੋ ਗਈ ਹੈ ਦੋਨੇ ਪਾਰਟੀਆਂ ਦੀ। ਜੀਐਸਟੀ ਬਿਲਕੁਲ ਲਾਗੂ ਨਹੀਂ ਹੋਣਾ ਚਾਹੀਦਾ, ਟੈਕਸ ਇਕੱਠਾ ਅਸੀਂ ਕਰੀਏ ਤੇ ਉਹਨਾਂ ਨੂੰ ਪੇ ਕਰ ਦਈਏ, ਮੁੜ ਕੇ ਭਿਖਾਰੀਆਂ ਦੀ ਲਾਈਨ 'ਚ ਖੜੇ ਹੋ ਜਾਈਏ ਵੀ ਤੁਸੀਂ ਸਾਨੂੰ ਹੁਣ ਦਿਓਗੇ ਕਦੋਂ। ਅਸਲ ਵਿੱਚ ਸਾਰਾ ਪੰਜਾਬ ਉਹਦਾ ਸੰਤਾਪ ਭੋਗ ਰਿਹਾ, ਸੰਧੀ ਹੋ ਗਈ ਇਹਨਾਂ ਦੀ। ਵਿਕਰਮ ਮਜੀਠੀਏ ਦਾ ਬਿਆਨ ਬੇਤੁੱਕੇ ਹੈਗੇ ਆ, ਉਹਦੇ ਬਿਆਨ ਦਾ ਕਿਤੇ ਕੋਈ ਸਿਰ ਪੈਰ ਕੋਈ ਉਹਦਾ ਆਧਾਰ ਨਹੀਂ ਹੁੰਦਾ, ਐਵੇਂ ਚੱਪ ਚੱਪ ਕੇ ਗੱਲਾਂ ਕਰ ਦੇਣੀਆਂ। ਪੱਠਲ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਸਰਕਾਰ ਆ ਪੰਜਾਬ 'ਚ, ਲੋਕਾਂ ਨੇ ਹਿਸਾਬ ਕਿਤਾਬ ਤੁਹਾਡੇ ਕੋਲੋਂ ਪੁੱਛਣਾ, ਗੈਂਗਸਟਰਾਂ ਨੂੰ ਨਕੇਲ ਪਾਉਣੀ ਤੁਹਾਡਾ ਕੰਮ ਹੈ, ਪਰ ਅੱਜ ਜੰਗਲ ਰਾਜ। ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਜੀਐਸਟੀ ਤੋਂ ਇਲਾਵਾ ਪੰਜਾਬ ਦੇ ਵਿੱਚ ਖਜ਼ਾਨਾ ਖਾਲੀ ਨੂੰ ਲੈ ਕੇ ਮੌਜੂਦਾ ਸਰਕਾਰ ਅਤੇ ਕੇਂਦਰ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਹੋਏ ਉਹਨਾਂ ਨੂੰ ਗਲਤ ਕਰਾਰ ਦਿੱਤਾ। ਬੈਂਸ ਨੇ ਕਿਹਾ ਕਿ ਜੀਐਸਟੀ ਨੂੰ ਲਾਗੂ ਕਰਨਾ ਬਹੁਤ ਹੀ ਗਲਤ ਕਦਮ ਸੀ। ਇਸ ਤੋਂ ਇਲਾਵਾ ਗੈਂਗਸਟਰਾਂ ਦੇ ਮੁੱਦੇ ਤੇ ਬੋਲਦੇ ਹੋਏ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੇਸ਼ੱਕ ਅਕਾਲੀ ਦਲ ਨੇ ਗੈਂਗਸਟਰ ਪੈਦਾ ਕੀਤੇ ਨੇ, ਪਰ ਮੌਜੂਦਾ ਸਰਕਾਰ ਉਸ ਤੇ ਲਗਾਮ ਕਿਉਂ ਨਹੀਂ ਪਾ ਰਹੀ। ਅਤੇ ਨਾਲ ਹੀ ਵਿਕਰਮ ਮਜੀਠੀਆ ਤੇ ਕੈਬਨਿਟ ਮੰਤਰੀ ਰੰਧਾਵਾ ਦੇ ਵਿੱਚ ਚੱਲ ਰਹੀ ਬਿਆਨਬਾਜ਼ੀ ਨੂੰ ਲੈ ਕੇ ਉਹਨਾਂ ਨੇ ਦੋਹਾਂ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਬਿਆਨਬਾਜ਼ੀ ਕਰਨ ਨਾਲ ਕੁਝ ਨਹੀਂ ਹੋਵੇਗਾ, ਰੰਧਾਵਾ ਸਰਕਾਰ ਦੇ ਮੰਤਰੀ ਨੇ, ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਤੇ ਨਾਲ ਹੀ ਉਹਨਾਂ ਕਿਹਾ ਕਿ ਕੈਪਟਨ ਤੇ ਬਾਦਲ ਦਾ ਪਰਿਵਾਰਕ ਰਿਸ਼ਤਾ ਹੋਣ ਦੇ ਚਲਦਿਆਂ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ। ਦੇਸ਼ਬੰਦੀ ਦੀ ਮਾਰ ਨਹੀਂ ਚੱਲ ਰਿਹਾ, ਲੋਕਾਂ ਨੇ ਟੈਕਸ ਜੀਐਸਟੀ ਪੇ ਕਰਤਾ ਹੋਇਆ ਤੇ ਪਰ ਉਹ ਗਿਆ ਕਿੱਥੇ? ਜਿੱਦਣ ਜੀਐਸਟੀ ਲਾਗੂ ਕਰਨ ਲਈ ਖਜ਼ਾਨਾ ਮੰਤਰੀ ਸਾਹਿਬ ਮਤਾ ਲੈ ਕੇ ਆਏ ਸੀ ਪੰਜਾਬ ਵਿਧਾਨ ਸਭਾ 'ਚ, 117 'ਚੋਂ ਮੈਂ ਇੱਕ ਬੰਦਾ ਸੀਗਾ ਜਿਹੜਾ ਵਾਕਆਊਟ ਕਰਕੇ ਆਇਆ ਸੀਗਾ ਕਿ ਇਹ ਜਿਹੜੀ ਟੈਕਸ ਪ੍ਰਣਾਲੀ ਆ ਇਹ ਠੀਕ ਨਹੀਂ। ਪੰਜਾਬ ਦਾ ਟੈਕਸ ਪਹਿਲਾਂ ਦਿੱਲੀ ਜਾਊਗਾ, ਪੰਜਾਬ ਦੇ ਹਿੱਸੇ ਦਾ, ਫਿਰ ਉਹ ਦਿੱਲੀ ਵਾਲਿਆਂ ਦੇ ਰਹਿਮੋ ਕਰਮ 'ਤੇ ਆਪਾਂ ਰਵਾਂਗੇ ਕਿ ਉਹ ਮੋੜਦੇ ਆ ਜਾਂ ਨਹੀਂ ਮੋੜਦੇ। ਮੈਂ ਉਦਣ ਕਿਹਾ ਸੀ ਵੀ ਇਹਦੇ 'ਚ ਬਣਦੀਆਂ ਸੋਧਾਂ ਜਿਹੜੀਆਂ ਨੇ ਉਹ ਪਹਿਲਾਂ ਕਰੋ, ਸਟੇਟ ਆਪਣਾ ਹੱਕ ਪਹਿਲਾਂ ਰੱਖੇ, ਟੈਕਸ ਇਕੱਠਾ ਅਸੀਂ ਕਰੀਏ ਅਤੇ ਉਹਨਾਂ ਨੂੰ ਪੇ ਕਰ ਦਈਏ, ਮੁੜ ਕੇ ਭਿਖਾਰੀਆਂ ਦੀ ਲਾਈਨ 'ਚ ਖੜੇ ਹੋ ਜਾਈਏ ਵੀ ਤੁਸੀਂ ਸਾਨੂੰ ਹੁਣ ਦਿਓਗੇ ਕਦੋਂ। ਚਾਹੀਦਾ ਸੀ ਅਸਲ 'ਚ ਇਸ ਟੈਕਸੇਸ਼ਨ ਜੀਐਸਟੀ ਦੇ ਵਿੱਚ ਇਹਦੇ 'ਚ ਬਹੁਤ ਸਾਰੀਆਂ ਖਾਮੀਆਂ ਨੇ, ਇਹ ਹਰ ਚੌਥੇ ਮਹੀਨੇ ਤਰੀਕ ਵਧਾ ਦਿੰਦੇ ਆ ਖਾਮੀਆਂ ਦੂਰ ਕਰਨ ਦੀ, ਪਰ ਖਾਮੀਆਂ ਦੂਰ ਹੋਈਆਂ ਨਹੀਂ। ਇਸ ਕਰਕੇ ਇਹ ਰਹਿਣਾ ਹੀ ਹੈ, ਇਹਦੇ 'ਚ ਦਿੱਕਤਾਂ ਆਉਣਗੀਆਂ, ਜਿੰਨੀ ਦੇਰ ਸਟੇਟਾਂ ਆਪਣਾ ਹਿੱਸਾ ਪਹਿਲਾਂ ਨਹੀਂ ਰੱਖਦੀਆਂ ਉਨੀ ਦੇਰ ਇਹ ਦਿੱਕਤਾਂ ਸਟੇਟਾਂ ਨੂੰ ਆਉਣਗੀਆਂ। ਸਟੇਟਾਂ ਦਾ ਵੱਧ ਅਧਿਕਾਰ ਮੰਗਣ ਵਾਲੇ ਅੱਜ ਖਾਮੋਸ਼ ਬੈਠੇ ਹੈ ਅਤੇ ਇਸ ਕਰਕੇ ਸਟੇਟਾਂ ਜਿਹੜੀਆਂ ਨੇ ਉਹ ਦੁੱਖ ਝੱਲਣਗੀਆਂ। ਹੌਲੀ ਹੌਲੀ ਸਟੇਟਾਂ ਦੇ ਜਿਹੜੇ ਅਧਿਕਾਰ ਆ ਉਹ ਸੈਂਟਰ ਸਰਕਾਰ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਆਪਣੇ ਦਾਇਰੇ ਦੇ ਅੰਦਰ ਨੂੰ ਲਈ ਜਾਂਦੇ ਆ ਅਤੇ ਸਟੇਟਾਂ ਬਣ ਜਾਣਗੀਆਂ ਭਿਖਾਰੀ। ਮੈਂ ਸਟੇਟਾਂ ਨੂੰ ਕਹਿਣਾ ਚਾਹੁੰਦਾ ਕਿ ਲੈਟ ਅਸ ਇਕੱਠੇ ਹੋ ਜਾਈਏ, ਆਓ ਇਕੱਠੇ ਹੋ ਕੇ ਜਿਹੜੀਆਂ ਇਹਦੇ 'ਚ ਸੋਧਾਂ ਆਪਾਂ ਸੋਧਾਂ ਕਰਕੇ ਭੇਜ ਦਈਏ ਸੈਂਟਰ ਸਰਕਾਰ ਨੂੰ ਵੀ ਅਸੀਂ GST ਇਸ ਸ਼ਰਤ 'ਤੇ ਇਕੱਠਾ ਕਰਾਂਗੇ, ਅਦਰਵਾਈਜ਼ ਅਸੀਂ ਆਪਣਾ ਸਟੇਟ ਟੈਕਸ ਦੁਬਾਰਾ ਲਾ ਲਾਂਗੇ। ਉਹ ਸਹੀ ਕਹਿੰਦੇ ਆ, ਉਹ ਜਿਹੜੇ ਵਿਧਾਇਕ ਬੋਲਦੇ ਆ ਨਾ ਉਹ ਸਹੀ ਬੋਲਦੇ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸੰਧੀ ਹੋ ਗਈ ਹੈ ਦੋਨੇ ਪਾਰਟੀਆਂ ਦੀ। ਥੱਲੇ ਵਾਲੇ ਆ ਜਿਹੜੇ ਉਹ ਰੌਲਾ ਪਾਉਂਦੇ ਆ, ਜਿਹੜੇ MLA ਅਤੇ ਮੰਤਰੀ ਆ ਉਹ ਰੌਲਾ ਪਾਉਂਦੇ ਆ, ਸੱਚਾ ਰੌਲਾ ਪਾਉਂਦੇ ਆ, ਪਰ ਇਹ ਦੁੱਖ ਅਤੇ ਅਫਸੋਸ ਹੈ ਕਿ ਕੈਪਟਨ ਸਾਹਿਬ ਕਿਸੇ ਮੰਤਰੀ ਦੀ ਸੁਣਨ ਲਈ ਤਿਆਰ ਨਹੀਂ, ਕਿਸੇ MLA ਦੀ ਸੁਣਨ ਲਈ ਤਿਆਰ ਨਹੀਂ। ਕਿਹੜੀ ਟਰਮ ਐਂਡ ਕੰਡੀਸ਼ਨ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਸਾਹਿਬ ਦਾ ਸਮਝੌਤਾ ਹੋਇਆ ਉਹ ਦੱਸਣ ਲਈ ਤਿਆਰ ਨਹੀਂ। ਇਸ ਕਰਕੇ ਇਹ ਜਿਹੜੀ ਦੋਨਾਂ ਦੀ ਸੰਧੀ ਹੈ ਨਾ, ਅਸਲ ਵਿੱਚ ਸਾਰਾ ਪੰਜਾਬ ਉਹਦਾ ਸੰਤਾਪ ਭੋਗ ਰਿਹਾ। ਸੰਧੀ ਹੋ ਗਈ ਇਹਨਾਂ ਦੀ, ਇਹ ਦੁਖਾਂਤ ਆ ਕਿ ਜਦੋਂ ਵਿਰੋਧੀ ਧਿਰ ਅਤੇ ਸਰਕਾਰ ਇਕੱਠੇ ਹੋ ਜਾਣ ਉਦੋਂ ਲੋਕ ਦਿੱਕਤਾਂ ਝੱਲਦੇ ਆ, ਝੱਲਣੀਆਂ ਪੈਣਗੀਆਂ। ਮੈਂ ਪੱਠਲ ਸਾਹਿਬ ਨੂੰ ਪੁੱਛਦਾ ਕਿ ਤੁਹਾਨੂੰ ਗੈਂਗਸਟਰ ਫੜਨ ਲਈ ਕੋਈ ਰੋਕਦਾ? ਤੁਹਾਡੀ ਸਰਕਾਰ ਹੈ, ਜੇ ਅਕਾਲੀ ਦਲ ਦੀ ਦੇਣ ਆ ਤਾਂ ਤੁਹਾਨੂੰ ਲੋਕਾਂ ਨੇ ਤਾਂ ਹੀ ਚੁਣਿਆ ਨਾ ਵੀ ਅਕਾਲੀ ਦਲ ਨੇ ਚੰਗਾ ਕੰਮ ਨਹੀਂ ਕੀਤਾ ਤੁਸੀਂ ਕਰੋ, ਅਤੇ ਤੁਸੀਂ ਹੁਣ ਇਹ ਗੱਲ ਕਹਿ ਕੇ ਵੀ ਇਹ ਅਕਾਲੀ ਦਲ ਦੀ ਦੇਣਾ ਬਰੀ ਨਹੀਂ ਹੋ ਸਕਦੇ। ਅੱਜ ਬੋਲ ਤੁਹਾਡੇ ਪਾੜੇ 'ਚ ਆ ਅਤੇ ਲੋਕਾਂ ਨੇ ਪਹਿਲਾਂ ਅਕਾਲੀ ਦਲ ਤੋਂ ਹਿਸਾਬ ਕਿਤਾਬ ਮੰਗਿਆ, 25 ਸਾਲ ਦਾ ਸੁਪਨਾ ਲੋਕਾਂ ਨੂੰ ਦਿਖਾਉਣ ਵਾਲੇ ਵਿਧਾਨ ਸਭਾ 'ਚ ਸਹੁੰ ਚੱਕਣ ਨਹੀਂ ਪੋ ਪੁੱਤ ਗਏ,
ਜਾ ਕੇ ਸਪੀਕਰ ਦੇ ਕਮਰੇ 'ਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਸਹੁੰ ਚੱਕੀ, ਜਿਹੜੀ ਦੱਸਦੀ ਹੈ ਕਿ ਸ਼ਰਮ ਬਹੁਤ ਵੱਡੀ ਚੀਜ਼ ਹੁੰਦੀ ਹੈ। ਅਤੇ ਭੱਠਲ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਸਰਕਾਰ ਆ ਪੰਜਾਬ 'ਚ, ਲੋਕਾਂ ਨੇ ਹਿਸਾਬ ਕਿਤਾਬ ਤੁਹਾਡੇ ਕੋਲੋਂ ਪੁੱਛਣਾ, ਗੈਂਗਸਟਰਾਂ ਨੂੰ ਨਕੇਲ ਪਾਉਣੀ ਤੁਹਾਡਾ ਕੰਮ ਹੈ, ਪਰ ਅੱਜ ਜੰਗਲ ਰਾਜ ਆ। ਬੜਾ ਅਫਸੋਸ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2017 ਅਸੈਂਬਲੀ ਮੌਕੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ, ਕਰਜ਼ਾ ਮਾਫ਼ੀ ਦੇ, ਪੈਨਸ਼ਨਾਂ ਦੇ, ਬੇਰੁਜ਼ਗਾਰੀ ਭੱਤਾ, ਆਈਫੋਨ, ਲੈਪਟਾਪ, ਬੜਾ ਕੁਛ ਉਹਨਾਂ ਨੇ ਝੂਠੇ ਵਾਅਦਿਆਂ ਦੇ ਜ਼ਰੀਏ। ਕੈਪਟਨ ਅਮਰਿੰਦਰ ਸਿੰਘ ਕੋਈ ਨਵੇਂ ਨਹੀਂ, ਇਹ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕੇ ਹੈ, ਔਰ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪਹਿਲਾਂ ਵੀ ਰਹਿ ਚੁੱਕੇ ਆ, ਤਜ਼ਰਬੇਕਾਰ ਨੇ, ਮੇਰੇ ਕਹਿਣ ਦਾ ਮਤਲਬ ਹੈ। ਸਿਰਫ ਵੋਟਾਂ ਵਟੋਰਨ ਖਾਤਰ ਵੱਡੇ ਵੱਡੇ ਝੂਠ ਬੋਲੇ ਗਏ, ਅਤੇ ਹੁਣ ਖਜ਼ਾਨਾ ਖਾਲੀ ਹੈ, ਉਹ ਤਾਂ ਸਭ ਨੂੰ ਪਤਾ ਖਜ਼ਾਨਾ ਖਾਲੀ ਹੈ। ਸਾਡੇ ਕੋਲ ਸੋਰਸ ਆਫ ਇਨਕਮ ਕੀ ਹੈ, ਆਮਦਨੀ ਦਾ ਸਰੋਤ ਕੀ ਹੈ, ਜਿੱਥੇ ਆਮਦਨੀ ਦਾ ਸਰੋਤ ਪਾਣੀ ਦੀ ਕੀਮਤ ਵਸੂਲੀ 16 ਲੱਖ ਕਰੋੜ ਰੁਪਈਆ ਇਕੱਲਾ ਰਾਜਸਥਾਨ ਤੋਂ ਲੈਣ ਵਾਲਾ, ਉੱਥੇ ਕੈਪਟਨ ਸਾਹਿਬ ਨੂੰ ਕੀ ਪ੍ਰੋਬਲਮ ਹੈ? ਉੱਥੇ ਸਿਰਫ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ, ਰਾਜਸਥਾਨ ਦੇ ਲੋਕਾਂ ਦੀਆਂ ਵੋਟਾਂ ਕਾਂਗਰਸ ਨੂੰ ਪਾਉਣ ਵਾਸਤੇ, ਪੰਜਾਬ ਦੇ ਹਾਲਾਤ ਵੱਧ ਤੋਂ ਬਦਤਰ ਹੈ। ਐਸੀਆਂ ਚਰਚਾਵਾਂ ਨੇ, ਪੰਜਾਬ ਦੇ ਸਾਰੇ DCs ਨੂੰ ਹੁਕਮ ਜਾਰੀ ਹੋਇਆ ਵੀ ਜਿਹੜੀਆਂ ਪ੍ਰਾਈਮ ਲੋਕੇਸ਼ਨ ਮਹਿੰਗੀਆਂ ਪ੍ਰੋਪਰਟੀਆਂ ਸਰਕਾਰੀ, ਉਹਨਾਂ ਦੀ ਡਿਟੇਲ ਲੈ ਕੇ ਆਓ। ਹੁਣ ਮਹਿੰਗੀਆਂ ਪ੍ਰੋਪਰਟੀਆਂ ਵੇਚਣਗੇ, ਗਿਰਵੀ ਰੱਖਣਗੇ, ਲੋਨ ਚੱਕਣਗੇ, ਤਾਂ ਕਿ ਆਉਣ ਵਾਲੀ 2022 ਦੀ ਅਸੈਂਬਲੀ ਇਲੈਕਸ਼ਨ ਮੌਕੇ ਲੋਕਾਂ ਨੂੰ ਫਿਰ ਵੱਡੇ ਵੱਡੇ ਸਬਜ਼ ਬਾਗ, ਕਾਂਟ ਕੀ ਹਾਂਡੀ ਇੱਕ ਵਾਰ ਚੜ੍ਹਤੀ ਹੈ, ਵਾਰ ਵਾਰ ਨਹੀਂ। ਖਜ਼ਾਨਾ ਖਾਲੀ ਹੈ, ਤਨਖਾਹਾਂ ਨਹੀਂ ਮਿਲ ਰਹੀਆਂ, ਹਾਹਾਕਾਰ ਮੱਚੀ ਹੋਈ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਮੌਜ ਮਸਤੀਆਂ ਵਾਸਤੇ ਇੰਗਲੈਂਡ। ਸੋ GST ਦਾ ਰੌਲਾ ਪਾਉਂਦੇ ਆ, ਇਹ ਉਹੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿੱਦਣ ਇੱਕ ਦੇਸ਼ ਇੱਕ ਟੈਕਸ ਦੀ ਗੱਲ ਤੁਰੀ ਸੀ, ਵਨ ਨੇਸ਼ਨ ਵਨ ਟੈਕਸ ਦੀ ਗੱਲ ਤੁਰੀ ਸੀ, ਅਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਭ ਤੋਂ ਵੱਡੇ ਹਮਾਇਤੀ ਸੀ। ਅਸੀਂ ਉਦਣ ਵੀ ਵਿਰੋਧ ਕੀਤਾ ਸੀ ਵੀ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਕੈਂਚੀ ਚੱਲਣ ਲੱਗੀ ਹੈ, ਸੰਘੀ ਢਾਂਚਾ ਸਾਡਾ ਦੇਸ਼, ਫੈਡਰਲ ਸਿਸਟਮ ਆ ਸਾਡਾ ਦੇਸ਼, ਸਟੇਟ ਦੀਆਂ ਪਾਵਰਸ ਨੇ, ਕੇਂਦਰ ਦੀਆਂ ਅਲੱਗ ਪਾਵਰਸ ਨੇ, ਇਹ ਆਪਣੀ ਦਾੜੀ ਤੁਸੀਂ ਕੇਂਦਰ ਦੇ ਹੱਥ ਫੜਾਉਣ ਲੱਗੇ ਹੋ। ਅੱਜ ਉਸੇ ਗੱਲ ਨੂੰ ਲੈ ਕੇ ਜਿਹੜੀ ਗੱਲ ਦਾ ਅਸੀਂ ਵਿਰੋਧ ਕੀਤਾ ਸੀ ਵਿਧਾਨ ਸਭਾ ਦੇ ਅੰਦਰ, ਲੋਕ ਇਨਸਾਫ਼ ਪਾਰਟੀ ਵੱਲੋਂ ਵਿਰੋਧ ਕੀਤਾ ਸੀ ਵੀ GST ਬਿਲਕੁਲ ਲਾਗੂ ਨਹੀਂ ਹੋਣਾ ਚਾਹੀਦਾ, ਸਾਡੇ ਵਪਾਰੀਆਂ ਦਾ ਟੈਕਸ ਦੇ ਰੂਪ 'ਚ ਦਿੱਤਾ ਧਨ ਸਰਕਾਰ ਦੇ ਕੋਲ ਜਾਵੇ, ਸਰਕਾਰ ਆਪਣੀ ਮਰਜ਼ੀ ਦੇ ਨਾਲ ਉਹ 'ਚੋਂ ਖਰਚਾ ਕਰੇ। ਹੁਣ ਉਹ ਸਾਡੇ ਕਾਰੋਬਾਰੀ ਵਪਾਰੀਆਂ ਦਾ ਦਿੱਤਾ ਹੋਇਆ ਟੈਕਸ ਪਹਿਲਾਂ ਕੇਂਦਰ ਕੋਲ ਜਾਂਦਾ, ਫਿਰ ਇਹ ਕੇਂਦਰ ਦੀਆਂ ਜਾ ਕੇ ਮਿੰਨਤਾਂ ਦੇ ਤਰਲੇ ਕਰਦੇ ਆ, ਪੈਸੇ ਮਿਲਦੇ ਕੋਈ ਨਹੀਂ, ਹਾਲਾਤ ਵੱਧ ਤੋਂ ਬਦਤਰ ਬਣ ਗਏ। ਸੋ ਇਹ ਕੈਪਟਨ ਅਮਰਿੰਦਰ ਸਿੰਘ ਦੇ ਵੱਸ ਦੇ ਹਾਲਾਤ ਨਹੀਂ, ਉਹਨਾਂ ਨੂੰ ਤੁਰੰਤ ਰਿਜ਼ਾਈਨ ਕਰ ਦੇਣਾ ਚਾਹੀਦਾ, ਆਰਥਿਕ ਐਮਰਜੈਂਸੀ ਘੋਸ਼ਿਤ ਕਰਦੇ ਹੋਏ ਉਹਨਾਂ ਨੂੰ ਰਿਜ਼ਾਈਨ ਛੱਡ ਕਰਕੇ ਉਹਦਾ ਛੱਡ ਦੇਣਾ ਚਾਹੀਦਾ। ਇਹ ਗੱਲ ਬੱਚਾ ਬੱਚਾ ਜਾਣਦਾ ਵੀ ਬਾਦਲ ਅਤੇ ਕੈਪਟਨ ਦੀ ਦੋਨੋਂ ਵੱਡੇ ਜਿਹੜੇ ਰਾਜਨੀਤਿਕ ਘਰਾਣੇ ਪਰਿਵਾਰ ਹੈਗੇ ਆਪਸ ਦੇ ਵਿੱਚ ਇਹਨਾਂ ਦਾ ਕੰਪਰੋਮਾਈਜ਼ ਅਤੇ ਸੰਧੀ ਹੋਈ ਹੋਈ ਹੈ। ਇਹ ਸੰਧੀ ਨੂੰ ਪੂਰੇ ਪੰਜਾਬ ਦੇ ਨਹੀਂ ਪੂਰੀ ਦੁਨੀਆਂ 'ਚ ਵੱਸਦੇ ਪੰਜਾਬੀ ਜਾਣਦੇ ਆ। ਅੱਜ ਕਿਸੇ ਮੰਤਰੀ ਦੀ ਗੱਲ ਨਾ ਸੁਣੀ ਜਾਵੇ, ਅੱਜ ਕਾਂਗਰਸ ਪਾਰਟੀ ਦੇ MLA ਅਤੇ MPਾਂ ਦੀ ਗੱਲ ਨਾ ਸੁਣੀ ਜਾਵੇ, ਅੱਜ ਕਾਂਗਰਸ ਪਾਰਟੀ ਦੇ ਅੰਦਰ ਸੀਨੀਅਰ ਲੀਡਰਾਂ ਦੀ ਗੱਲ ਸੁਣੀ ਨਾ ਜਾਵੇ, ਇਹਦੇ ਪਿੱਛੇ ਸਾਫ਼ ਅਤੇ ਸਪਸ਼ਟ ਹੈ ਕੈਪਟਨ ਅਮਰਿੰਦਰ ਸਿੰਘ ਜਿੰਨੀ ਦੇਰ ਮੁੱਖ ਮੰਤਰੀ ਦੀ ਕੁਰਸੀ 'ਤੇ ਆ ਉਹ ਬਾਦਲਾਂ ਦੇ ਵਰਖਿਲਾਫ਼ ਕੋਈ ਕਾਰਵਾਈ ਨਹੀਂ ਕਰਨਗੇ। ਅੱਜ ਕਾਂਗਰਸ ਪਾਰਟੀ ਦੇ ਅੰਦਰ ਧੜੇਬਾਜ਼ੀ ਚਰਮ ਸੀਮਾ ਦੇ ਉੱਤੇ ਆ, ਜਵਾਲਾਮੁਖੀ ਫਟੇਗਾ। ਅੱਜ ਕਾਂਗਰਸ ਪਾਰਟੀ ਦੇ ਅੰਦਰ ਇੱਕ ਬਹੁਤ ਵੱਡਾ ਧੜਾ ਜਿਹੜਾ ਚਾਹੁੰਦਾ ਕਿ ਨਸ਼ਾ ਵੇਚਣ ਵਾਲੇ ਲੋਕ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀ ਅਤੇ ਪੰਜਾਬ ਦੇ ਅੰਦਰ ਮਾਫੀਆ ਬਣਾ ਕੇ ਪੰਜਾਬ ਨੂੰ ਲੁੱਟਣ ਵਾਲੇ ਜਿਹੜੇ ਬਾਦਲ ਅਤੇ ਉਹਨਾਂ ਦੇ ਗੁਰਗੇ, ਉਹਨਾਂ ਦੀ ਐਂਡ ਕੰਪਨੀ ਦੇ ਲੋਕ ਆ, ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਮਿਲਣ। ਪਰ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਦੇ ਨਾਲ ਜਿਹੜਾ ਸੌਫਟ ਕੋਰਨ ਉਹਨਾਂ ਦੀ ਸੰਧੀ ਹੈ, ਇਸ ਕਰਕੇ ਕਿਸੇ ਵਜ਼ੀਰ, ਕਿਸੇ MP, ਕਿਸੇ MLA, ਕਿਸੇ ਕਾਂਗਰਸ ਸੀਨੀਅਰ ਲੀਡਰ ਦੀ ਕੈਪਟਨ ਅਮਰਿੰਦਰ ਸਿੰਘ ਕੋਈ ਗੱਲ ਨਹੀਂ ਸੁਣ ਰਹੇ। ਵਿਕਰਮ ਮਜੀਠੀਆ ਦਾ ਬਿਆਨ ਬੇਤੁੱਕੇ ਹੈਗੇ ਆ, ਉਹਦੇ ਬਿਆਨ ਦਾ ਕਿਤੇ ਕੋਈ ਸਿਰ ਪੈਰ, ਕੋਈ ਉਹਦਾ ਆਧਾਰ ਨਹੀਂ ਹੁੰਦਾ, ਐਵੇਂ ਚੱਬ ਚੱਬ ਕੇ ਗੱਲਾਂ ਕਰ ਦੇਣੀਆਂ। ਵਿਕਰਮ ਮਜੀਠੀਆ ਬਾਰੇ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਵੀ ਉਹ ਕੀ ਆ, ਪਰ ਅਫਸੋਸ ਇਸ ਗੱਲ ਦਾ ਹੈ ਕੈਬਨਿਟ ਵਜ਼ੀਰ ਸੁਖਜਿੰਦਰ ਰੰਧਾਵਾ ਜੀ ਉਹਨਾਂ ਦੇ ਵਿਰੁੱਧ ਗੱਲਾਂ ਕਰ ਰਹੇ ਆ, ਕਹਿ ਰਿਹਾ ਵੀ ਇਹ ਚਿੱਟਾ ਵੇਚਣ ਵਾਲੇ ਲੋਕਾਂ ਦਾ ਸਰਦਾਰ ਹੈ, ਕਹਿ ਰਿਹਾ ਵੀ ਇਹ ਗੈਂਗਸਟਰਾਂ ਦੇ ਨਾਲ ਸ਼ਮੂਲੀਅਤ ਹੈ, ਇਹਦੀ ਗੈਂਗਸਟਰਾਂ ਦੇ ਨਾਲ ਸੰਬੰਧ ਹੈ। ਇਹ ਕੈਬਨਿਟ ਵਜ਼ੀਰ ਸਰਕਾਰ ਦੇ ਮੰਤਰੀ ਨੂੰ ਗੱਲ ਕਹਿਣ ਦੀ ਜ਼ਰੂਰਤ ਨਹੀਂ, ਉਹਦੇ ਕੋਲ ਅਧਿਕਾਰ, ਉਹਦੇ ਕੋਲ ਪਾਵਰ ਹੈ, ਉਹ ਕਾਰਵਾਈ ਕਰ ਸਕਦਾ ਹੈ। ਸੁਖਜਿੰਦਰ ਰੰਧਾਵਾ ਜੀ ਨੂੰ ਮੇਰਾ ਸੁਝਾਅ ਹੈਗਾ ਵੀ ਤੁਸੀਂ ਗੱਲਾਂ ਨਾ ਕਰੋ, ਤੁਸੀਂ ਕਾਰਵਾਈ ਕਰੋ।
ਕਾਰਵਾਈ ਕਰਕੇ ਜਿਹੜੇ ਲੋਕ ਚਿੱਟਾ ਵੇਚਣ ਵਾਲੇ ਗੈਂਗਸਟਰਾਂ ਦੇ ਨਾਲ, ਚਿੱਟਾ ਵੇਚਣ ਵਾਲੇ ਵਪਾਰੀਆਂ ਦੇ ਨਾਲ, ਕਤਲੋ ਗਾਰਤ ਲੁੱਟਾਂ ਖੋਹਾਂ ਕਰਨ ਵਾਲੇ ਗੈਂਗਸਟਰਾਂ ਦੇ ਨਾਲ ਰਲੇ ਹੋਏ ਆ, ਉਹਨਾਂ ਦੇ ਵਿਰੁੱਧ ਕਾਰਵਾਈ ਕਰਕੇ ਉਹਨਾਂ ਨੂੰ ਕਟਹਿਰੇ ਜੇ ਖੜਾ ਕੇ ਸਖ਼ਤ ਸਜ਼ਾਵਾਂ ਦਵਾਓ। ਇਹ ਤੁਹਾਡੀ ਜ਼ਿੰਮੇਵਾਰੀ, ਤੁਹਾਡੇ ਕੋਲ ਤਾਕਤ ਹੈ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।